कदों का आना उन्होंने बस होने वाले नशा दसिया नहीं थोड़े आने बारे दसिया मैं जो फोन किया तुम उदू दसता ही नशा तो हाँ। समान लैन तो नहीं भेजा नहीं नहीं समान की लिया वा उदा ही कम पै गया उन्होंने कोई हाँ मैं हाँ नहीं अं चल जाना सामान क्यों चलो के जाना रहो रात नहीं फिर रवे कोई गल नहीं तुम्हें पता फिर मम्मी उठे घर कर ले लगता साला साहब आया चल मिलते हाँ जी सताल जी सताल कौन दे अजे बस हो गया अद्धा घंटा पिया चाह बनी नहीं अजे नहीं नहीं मैं वेट करते पे ही चाह बना चाह तू चाह बनानी होर काम कर किदा वधिया वधिया ठीक ठाक तुम सुनाओ वधिया वधिया मैं घर बहुत सोहना बना लिया वा घर फिर कह डी पेंट करवाना करवाना मैं चल करा लेते हूं हां जी चार पैसे है ही चलो बढ़िया है लाउना भी चाहिए वा बनानी है चाहिए चीजें हां जी नाले तनख्वाह बढ़ गई मेरी चलो बढ़िया है मैं चला कर ही लिए काम ठीक है और सुनाओ मासी मसल सारे बढ़िया ठीक ठाक है बढ़िया जांदा निका काम ते हां जी जांदा जांदा किथे हुण ओ बा इथे लगा मिल ची अच्छा चलो बढ़िया मैं चल जिन्ना चिर नहीं बंदा बाहर दा इथे करी जा ਆਹੋ ਹੁਣ ਦਿਹਾੜੀ ਤੋਂ ਕਰਨਾ ਖਾਣ ਪੀਣ ਨੂੰ ਚਾਹੀਦੇ ਪੈਸੇ ਆਹੋ ਤੇ ਹੋਰ ਲੱਗਾ ਆ ਰਿਹਾ ਆਪਣਾ ਉਹ ਲੈ ਆ ਚਾਹ ਆ ਵੇਖੋ ਲੈ ਆਈਆਂ ਫੜੋ ਚਾਹ ਨਾਲ ਕੁਝ ਖਾਣ ਨੂੰ ਲੈ ਆਉਣਾ ਸੀ ਲਿਮਨੀ ਲਿਮਨੀ ਫੜੋ ਫੜੋ ਚਾਹ ਚਲੋ ਕੋਈ ਨਹੀਂ ਰਹਿਣ ਦਿਓ ਆ ਜਾਓ ਨਹੀਂ ਨਹੀਂ ਲੈ ਆਉਂਦੀ ਆ ਹੋਰ ਸੁਣਾਓ ਗੱਲਾਂ ਬਾਤਾਂ ਬਾ ਵਧੀਆ ਮੈਂ ਚੱਲ ਅੱਜ ਗੇੜਾ ਮਾਰ ਕੇ ਆਉਂਦੇ ਆ ਨਹੀਂ ਨਹੀਂ ਚੱਲ ਵਧੀਆ ਵਾਵਾ ਦਿਨ ਹੋ ਗਏ ਸੀ ਅਸੀਂ ਆਉਣਾ ਸੀ ਬਸ ਆ ਰੰਗ ਕਰਕੇ ਬਾਅਦ ਚੋਂ ਨਿਕਲੇ ਲਿਆ ਘਰੋਂ ਹਾਂ ਉਹ ਜਿਹੜੇ ਫਿਰ ਮਿਸਤਰੀ ਮਿਸਤਰੀ ਲੱਗੇ ਹੋਣ ਫਿਰ ਕਿੱਥੇ ਨਿਕਲਿਆ ਜਾਂਦਾ ਹੁਣ ਬਣਾਉਣੇ ਉਹ ਕੋਠੀ ਸੋਹਣੀ ਬਣ ਗਈ ਚੱਲ ਆ ਜਾ ਤੁਸੀਂ ਵੀ ਮਾਰਿਓ ਗੇੜਾ ਹੁਣ ਨਹੀਂ ਹੁਣ ਤੇ ਮਾਰਾਂਗੇ ਹਾਂ ਆਉਣਾ ਹੀ ਬਣਾਉਣ ਦੇ ਪ੍ਰੋਗਰਾਮ ਚੱਲ ਤੁਸੀਂ ਆਗੇ ਵਧੀਆ ਸ਼ਨੀਵਾਰ ਨੂੰ ਆ ਜਾਓ ਰਾਤ ਰਿਓ ਐਤਵਾਰ ਆ ਸੋਮਵਾਰ ਫਿਰ ਇੱਥੋਂ ਡਿਊਟੀ ਚੱਲ ਜੂ ਮੈਂ ਹਾਂ ਉੱਥੋਂ ਚੱਲ ਜਿਓ ਚਲੋ ਬਣਾਉਣੇ ਫਿਰ ਸਲਾਹ ਬਣਾਉਂਦੇ ਹਾਂ ਚਲੋ ਸੋਪਾ ਜੀ ਹੜੋ ਲੈ ਲਓ ਤੁਸੀਂ ਬਸ ਬਸ ਖਾਓ ਫੜ ਲਾ ਮਣੀ ਚਾ ਪ੍ਰੀਤ ਹਾਂਜੀ ਆ ਜਾ ਤੈਨੂੰ ਆਪਣੇ ਸੋਹਣੇ ਸੋਹਣੇ ਸੂਟ ਵਿਖਾਵਾਂ ਦਿਖਾਓ ਆ ਦੇ ਅੱਛੇ ਸੋਹਣੇ ਜੀ ਹਾਂ ਇਹ ਸੋਹਣ ਵਾਲੇ ਆ ਆ ਸਵਾਲੇ ਸਾਰੇ ਆ ਸਾਰੇ ਸਵਾਲੇ ਆ ਅੱਛਾ ਆ ਸੂਟ ਬੜਾ ਸੋਹਣਾ ਕਿਹੜਾ ਆ ਵਾ ਆਵਲਾ ਚਲ ਤੂੰ ਲੈ ਲੈ ਇਹ ਵਾਲਾ ਸੂਟ ਸੋਹਣਾ ਵਾ ਤੇ ਨਾ ਨਾ ਮੈਂ ਨਹੀਂ ਲੈਣਾ ਕਿਉਂ ਨਾ ਉਦੋਂ ਮੈਂ ਕਹਿਣ ਦੀ ਹੈ ਵੈਸੇ ਸੋਹਣਾ ਬਹੁਤ ਨਹੀਂ ਕੋਈ ਗੱਲ ਨਹੀਂ ਤੂੰ ਲੈ ਲੈ ਤੈਨੂੰ ਪਸੰਦ ਆ ਤੇ ਨਹੀਂ 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 ਕੋਈ ਗੱਲ ਨਹੀਂ ਫੇਕੀ ਆ ਕੀ ਕਹਿਣਗੇ ਵੀ ਭਾਜੀ ਨੇ ਕੀ ਕਹਿਣਾ ਭਾਜੀ ਨੂੰ ਕਿਹੜਾ ਪਤਾ ਆ ਚਲ ਫਿਰ ਮੈਂ ਵਿੱਕੀ ਕੋ ਪੈਸੇ ਲੈ ਕੇ ਦੇ ਦਿੰਦੀ ਆ ਨਹੀਂ ਪੈਸੇ ਕਰਨੇ ਆ ਤੂੰ ਲੈ ਲੈ ਇਦਾਂ ਨਹੀਂ ਫਿਰ ਯਾਰ ਮੈਂ ਨਹੀਂ 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 ਕੋਈ ਗੱਲ ਨਹੀਂ ਤੂੰ ਲੈ ਲੈ ਤੇ ਬਸ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਹੋਰ ਯਾਰ ਆ ਥੋੜਾ ਗੱਲ ਹੁੰਦੀ ਜੇ ਮੈਂ ਪਸੰਦ ਨਹੀਂ ਕਰਦੀ ਕੋਈ ਗੱਲ ਨਹੀਂ ਤੂੰ ਪਸੰਦ ਆਇਆ ਤੇ ਫਿਰ ਕੀ ਹੋਇਆ ਲੈ ਲੈ ਤੂੰ
ਮੈਂ ਕਿਹਾ ਤੁਸੀਂ ਇੱਥੇ ਬਵੋ, ਮੈਂ ਹੁਣੇ ਦੋਵਾਂ ਮਿੰਟਾਂ ਚਾਹੀਦੀ। ਉਹ ਰਹਿਣ ਦੇ, ਨਹੀਂ ਜਾ ਰਹੀ। ਅੱਛਾ ਮੇਰੀ ਗੱਲ ਸੁਣ, ਉਹ ਗੱਲਾਂ ਕਰਨੇ ਚੁੱਪ ਕਰ, ਗੱਡੀ 'ਚ ਰੱਖ ਲਾ, ਕੋਈ ਨਹੀਂ ਪਤਾ ਲੱਗਣਾ। ਚੱਲ ਆ ਜਾ ਆ ਜਾ, ਆਹ ਕੰਮ ਨਹੀਂ ਕਰਨਾ। ਚੱਲ ਕੁਛ ਨਹੀਂ ਹੁੰਦਾ, ਮੈਂ ਪੈਸੇ ਲੈ ਲੈਂਦੀ। ਚੱਲ ਮੈਂ ਹੀ ਰੱਖ ਦਿੰਦੀ, ਤੂੰ ਕੀ ਰੱਖਣਾ। ਚੱਲ ਆ ਇੱਧਰ ਆ। ਹੋਰ ਤਾਂ ਚਲੀ ਬਾਹਰ ਘੁੰਮਣ ਫਿਰਨ ਕਿਤੇ? ਕੋਈ ਨਹੀਂ, ਚੱਲ ਜਾਂਦੇ ਆ। ਰਹਿਣਾ ਰਾਤ ਤੱਕ ਨਹੀਂ? ਨਹੀਂ ਨਹੀਂ, ਚਾਬੀ ਦਿਓ ਗੱਡੀ ਦੀ। ਆ ਲੈ ਲੈ, ਚਾਬੀ ਕਰਨੀ ਆ। ਮੈਂ ਸਮਾਨ ਕੱਢਣਾ ਤੇ ਮੇਰਾ ਫੋਨ ਰਹਿ ਗਿਆ ਸੀ ਗੱਡੀ 'ਚ। ਜਾ ਕੱਢ ਲਿਆ। ਮੈਂ ਕਹਿੰਦਾ ਰਹਿ ਭਰਾ ਤਾਂ ਦਿਓ। ਨਹੀਂ ਰਾਤ ਰਹਿਣੀ ਗਾ ਸਰ, ਨਾ ਫਿਰ ਆਵਾਂਗੇ ਕਿਸੇ ਦਿਨ, ਫਿਰ ਰਹਿ ਲਾਂਗੇ ਰਾਤ। ਸਾਮਾਂ ਜਾਂ ਠੰਡੇ ਹੋਏ ਚਲ ਜਾਣਾ। ਚੱਲ ਰੋਟੀ ਖਾ ਕੇ ਚੱਲ ਜਾਓ ਫਿਰ ਰਾਤ ਦੀ। ਚੱਲ ਰੋਟੀ ਖਾ ਜਾਂਗੇ ਕੋਈ ਗੱਲ, ਰੋਟੀ ਖਾ ਕੇ ਚੱਲ ਜਾਓ। ਰੋਜ ਜਾਈਦਾ, ਤਨਖਾਹ ਹੀ ਨੀ ਪਾਉਣ ਦੇ। ਪਤਾ ਨੀ 2 ਮਹੀਨੇ ਹੋ ਗਏ ਕੀ ਹੋ ਗਿਆ ਉਹਨਾਂ ਨੂੰ, ਤਾਂ ਉਹ ਨੀ ਆਇਆ ਗਿਆ ਕੇ, ਨਹੀਂ ਤੇ ਮੈਂ ਤੇ ਤੈਨੂੰ ਪਤਾ ਗੇੜਾ ਮਾਰੀ ਜਾਂਦਾ ਹੁੰਦਾ। ਆਹੋ ਮੈਂ ਵੀ ਆਖਣੀ ਇੰਨਾ ਟਾਈਮ ਹੋਇਆ ਆਇਆ ਹੀ ਨਹੀਂ ਆ। ਆ ਵੀ ਯਾਰ ਦੋਸਤ ਕੋ 1000 ਰੁਪਇਆ ਫੜ ਕੇ ਤੇ ਮੈਂ ਚੱਲ ਭੈਣ ਦਾ ਪਤਾ ਤਾਂ ਲੈ ਗਿਆ ਮੈਂ ਤੇਰੀ। ਬੜੀ ਮੰਦੀ ਪਈ ਫਿਰ ਤੇ। ਆਹੋ ਚੱਲ ਕੋਈ ਗੱਲ ਨਹੀਂ, ਤੂੰ ਨਾ ਟੈਨਸ਼ਨ ਲੈ। ਚੱਲ ਕੋਈ ਨਹੀਂ, ਮੈਂ ਥੋੜਾ ਬਹੁਤ ਕਰੂੰਗੀ। ਉਹ ਨਹੀਂ ਰਹਿਣ ਦੇ ਤੂੰ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਫਿਰ ਕੀ ਆ। ਨਹੀਂ ਨਹੀਂ ਤੂੰ ਤਨਖਾਹ ਤਾਂ ਦੇ ਦੀ ਮੈਨੂੰ, ਕੋਈ ਗੱਲ ਨਹੀਂ। ਉਹ ਤੂੰ ਰਹਿਣ ਦੇ, ਨਾ ਲੈ ਟੈਨਸ਼ਨ ਕੋਈ। ਚੱਲ ਮੈਂ ਤੁਹਾਡੇ ਭਾਜੀ ਦਾ ਪਰਸ ਲੈਵਾਂ, ਮੈਂ ਆਉਂਦੀ ਆ। ਮੈਂ ਕਹਿਣ ਡਿਆ ਰਹਿਣ ਦੇ, ਭਾਜੀ ਨੂੰ ਪਤਾ ਲੱਗੂਗਾ। ਕੋਈ ਗੱਲ ਨਹੀਂ, ਉਹਨਾਂ ਨਾਲ ਮੈਂ ਆਪੇ ਕਰ ਦੂੰਗੀ ਗੱਲ, ਤੁਸੀਂ ਫੜੋ ਪੈਸੇ। ਚੱਲ ਭਾਜੀ ਨੂੰ ਦੱਸ ਦੇਈਂ ਉਦਾਂ। ਹਾਂ ਕੋਈ ਨਹੀਂ, ਮੈਂ ਦੱਸ ਦੂੰਗੀ। ਆਹੋ ਕੋਈ ਨਹੀਂ, ਮੈਂ ਦੱਸ ਦੂੰਗੀ। ਜਦੋਂ ਮੇਰੀ ਤਨਖਾਹ ਆ ਗਈ ਮੈਂ ਉਸੇ ਵੇਲੇ ਮੋੜ ਦੇਣੀ ਫਿਰ। ਕੋਈ ਗੱਲ ਨਹੀਂ, ਉਹ ਤਾਂ ਬਾਅਦ 'ਚ ਦੇਖ ਲਾਂਗੇ ਕਿ ਆਪਣਾ ਸਾਰਾ ਹੋਰ। ਕੋਈ ਗੱਲ ਨਹੀਂ, ਚੱਲ ਮੈਂ ਰੋਟੀ ਲੈ ਆਵਾਂ। ਚੱਲ ਬਣਾ ਲਾ ਰੋਟੀ। ਚੰਗਾ
ਮਣੀ ਹਾਂਜੀ ਹੋ ਤਿਆਰ ਚੱਲੀਏ ਫਿਰ ਚਲੋ ਮੈਂ ਤੈਨੂੰ ਗੱਲ ਕਹਿਣੀ ਇੱਕ ਮੈਂ ਸ਼ਹਿਰ ਤੇ ਨਹੀਂ ਜਾਣਾ ਤਾਂ ਹੈਗਾ ਵਾ ਤੇ ਮੈਂ ਆਪਣਾ ਕੁੜਤੇ ਜਾਮਾ ਸੀਨੇ ਦੇਣਾ ਵਾ ਤੂੰ ਜਿਹੜੇ ਦੋ ਸੂਟ ਤੈਨੂੰ ਲੈ ਕੇ ਦਿੱਤੇ ਉਹ ਦੇ ਗਏ ਸੀਨੇ ਸੂਟ ਕੋਈ ਨੀ ਮੈਂ ਇੱਥੇ ਆ ਕੇ ਸੂਟ ਕੋਈ ਗੱਲ ਨੀ ਉਹ ਜਾਣਾ ਤਾਂ ਹੈਗਾ ਸ਼ਹਿਰ ਅੱਜ ਵੀ ਜਾਣਾ ਕੱਲ ਵੀ ਜਾਣਾ ਜੇ ਤੂੰ ਜਾਣਾ ਸਗੋਂ ਚੱਲ ਤੂੰ ਆਪਣਾ ਸਵਾਲੋ ਮੈਂ ਬਾਅਦ ਚ ਸਵਾਲੂਗੀ ਫੇਰ ਮਣੀ ਫੇਰਾ ਪਾਏਂਗੀ ਯਾਰ ਫੇਰ 500 ਸੂਟ ਤੇਲ ਲੱਗ ਜਾਣਾ ਵਾ ਹੁਣ ਤਾਂ ਚੱਲ ਸ਼ਹਿਰ ਥਾਣੀ ਜਾਣਾ ਵਾ ਤੁਹਾਡੇ ਕਿਹੜੇ ਸੂਟ ਤੇਰੇ ਕੋਲ ਜਿਹੜੇ ਚੱਲ ਆ ਸਵਾ ਲੈਂਦੇ ਫਿਰ ਇੱਕ ਬਾਕੀ ਹੈਗੇ ਮੇਰੇ ਕੋਲ ਵਾਧੂ ਸੂਟ ਪਏ ਆ ਦੂਜਾ ਹੀ ਇਹਦੇ ਨਾਲ ਦਾ ਇੱਕ ਉਹ ਕਿੱਥੇ ਆ ਉਹ ਵੀ ਲਿਆ ਉਹ ਵੀ ਸਵਾਲ ਦੋ ਜਿਵੇਂ ਇੱਥੇ ਹੀ ਆ ਕੋਈ ਗੱਲ ਨਹੀਂ ਬਾਅਦ ਚ ਸਵਾਲਾਂਗੇ ਹੁਣ ਚੱਲੇ ਜਾਂਗੇ ਦੇਣ ਤੇ ਦੋਵੇਂ ਸਵਾਲਾਂ ਇੱਕ ਵਾਰੀ ਫੇਰ 500 ਸੂਟ ਤੇਲ ਲੱਗ ਜਾਣਾ ਵਾ ਹੁਣ ਇੱਕ ਦੇ ਕੇ ਉਹਨਾਂ ਦੂਜਾ ਵੀ ਦੇ ਆ ਨਾਲ ਜਾ ਲਿਆ ਚੱਲੀਏ ਫਿਰ ਛੇਤੀ ਕਰ ਕਿੱਥੇ ਰੱਖਿਆ ਜੀ ਦੂਜਾ ਲੱਭਣ ਨਹੀਂ ਲਿਆ ਪਤਾ ਨਹੀਂ ਕਿੱਥੇ ਰੱਖ ਲਿਆ ਮੈਂ ਇੱਥੇ ਹੋਣਾ ਕਿਤੇ ਲੱਭ ਉਹ ਸੱਚ ਮੈਨੂੰ ਯਾਦ ਆਇਆ ਉਹ ਤੇ ਮੈਂ ਉਦੋਂ ਪ੍ਰੀਤੀ ਨੂੰ ਦੇਤਾ ਸੀ ਮਣੀ ਕੀ ਮੈਂ ਤੁਹਾਨੂੰ ਦੱਸਣਾ ਸੀ ਮੈਨੂੰ ਚੇਤਾ ਭੁੱਲ ਗਿਆ ਮਹੀਨਾ ਹੋ ਗਿਆ ਇਹ ਗੱਲ ਨੂੰ ਦੱਸਿਆ ਕਿਉਂ ਨਹੀਂ ਫਿਰ ਆਉਂਦਾ ਉਹ ਮੇਰੇ ਦਿਮਾਗ 'ਚੋਂ ਨਿਕਲ ਗਿਆ ਨਾਲੇ ਤੇਰੇ ਨਾਲ ਹੋਰ ਗੱਲ ਕਰਨੀ ਮੇਰੇ ਪਰਸੋਂ ਪੈਸੇ ਤੂੰ ਕੱਢੀ ਉਦੋਂ ਪੈਸੇ ਬਾਬਾ ਚਿਰ ਹੋ ਗਿਆ ਵਾ ਆਹੋ ਪੈਸੇ ਮੈਂ ਉਦੋਂ ਵਿੱਕੀ ਨੂੰ ਦਿੱਤੇ ਸੀ ਹੁਣ ਤੂੰ ਚੋਰੇ ਰੱਖੇਗੀ ਮੇਰੇ ਤੋਂ ਤੂੰ ਦੱਸਿਆ ਨਹੀਂ ਮੈਨੂੰ ਫਿਰ ਉਦੋਂ ਮੈਂ ਦੱਸਣਾ ਸੀ ਮੈਨੂੰ ਨਹੀਂ ਯਾਦ ਰਿਹਾ ਤੂੰ ਉਦੋਂ ਕਿਉਂ ਨਹੀਂ ਦੱਸਿਆ ਉਦੋਂ ਪੈਸੇ ਦੇਣੇ ਸੀ ਉਹਨੂੰ ਹੁਣ ਤੂੰ ਚੋਰੇ ਕਮਾਉਣ ਲੱਭਾ ਮੇਰੇ ਤੋਂ ਜੇ ਮੈਨੂੰ ਦੱਸ ਦਿੰਦੀ ਖੋਰੇ ਮੈਂ ਵੱਧ ਦੇ ਦਿੰਦਾ ਜੇ ਉਹਨੂੰ ਲੋੜ ਸੀ ਤੂੰ ਮੈਨੂੰ ਦੱਸ ਦਿੰਦੀ ਮੈਂ ਕਿਹੜੇ ਨਾ ਕਰਨੀ ਸੀ ਆਹੀ ਕੰਮ ਰਹਿ ਗਿਆ ਤੈਨੂੰ ਹੋਣਾ ਹੁਣ ਮੈਂ ਉਹਨੂੰ ਕਿਹਾ ਉਹ ਕਹਿੰਦਾ ਮੈਂ ਵਾਪਸ ਕਰ ਦੇਣੇ ਆ ਉਹਨੂੰ ਗੱਲ ਵਾਪਸ ਕਰਨ ਦੀ ਨਹੀਂ ਗੱਲ ਤੂੰ ਮੈਨੂੰ ਪੁੱਛਿਆ ਜਦੋਂ ਮੈਂ ਤੈਨੂੰ ਹਰੇਕ ਆਪਣੀ ਗੱਲ ਦੱਸਦਾ ਵਾਂ ਤੂੰ ਮੈਨੂੰ ਪੁੱਛਿਆ ਜੇ ਮੈਂ ਪੈਸੇ ਨਹੀਂ ਗਿਣ ਕੇ ਰੱਖਦਾ ਪਰਸ ਵਿੱਚ ਇਹਦਾ ਮਤਲਬ ਇਹ ਨਹੀਂ ਤੂੰ ਜਿਹਨੂੰ ਮਰਜ਼ੀ ਪੈਸੇ ਦਿੰਦੀ ਫਿਰ ਮੇਰੇ ਪੁੱਛੋ ਤਾਂ ਬਿਨਾਂ ਮੈਨੂੰ ਚੱਲ ਕੋਈ ਨਹੀਂ ਗਲਤੀ ਹੋ ਗਈ ਮੈਂ ਨਹੀਂ ਅੱਗੇ ਤੋਂ ਕਰਦੀ ਜੇ ਤੇਰੇ ਤੇ ਵਿਸ਼ਵਾਸ ਸੀ ਤਾਂ ਹੀ ਤੈਨੂੰ ਮੈਂ ਪਰਸ ਫੜਾ ਕੇ ਜਾਣਾ ਸੀ ਕਈ ਤੈਨੂੰ ਪੁੱਛਿਆ ਪੈਸਿਆਂ ਦਾ ਮੈਂ ਤੁਹਾਡੀ ਗੱਲ ਠੀਕ ਆ ਮੈਂ ਨਹੀਂ ਅੱਗੇ ਤੋਂ ਕਰਦੀ ਚਲੋ ਠੀਕ ਆ ਐਦਾਂ ਤੂੰ ਖਵਾਈ ਨਹੀਂ ਲੋਕਾਂ ਨੂੰ ਇੱਦਾਂ ਮੈਂ ਖਵਾਈ ਆਵਾਂ ਤਾਂ ਆਪਣਾ ਘਰ ਕਿੱਦਾਂ ਚੱਲੂਗਾ ਨਾਲੇ ਮੈਨੂੰ ਮੇਰੀ ਗੱਲ ਸੁਣ ਜੇ ਤੂੰ ਇੱਦਾਂ ਚੋਰੀਆਂ ਕਮਾਏਗੀ ਤਾਂ ਮੈਨੂੰ ਗਾਂਹ ਤੇਰੇ ਤੇ ਕਿੰਨਾ ਕੁ ਯਕੀਨ ਰਹੂਗਾ ਤੂੰ ਹੀ ਤਾਂ ਹੈਗੀ ਘਰ ਵਿੱਚ ਹੋਰ ਕੋਣਾ ਸਾਡਾ ਇੱਕ ਦੂਜੇ ਦਾ ਆਸਰਾ ਸੀ ਜੇ ਤੂੰ ਹੀ ਇੱਦਾਂ ਦਾ ਕੰਮ ਕਰਨ ਲੱਗ ਪਈ ਫਿਰ ਮੈਂ ਕੀ ਜਵਾਬ ਦੂੰ ਬਾਹਰ ਚਲ ਕੋਈ ਨਹੀਂ ਮੈਂ ਅੱਗੇ ਤੋਂ ਨਹੀਂ ਇੱਦਾਂ ਕਰਦੀ ਹੈਗੀ ਸੁਣ ਮੇਰੀ ਜੇ ਤੂੰ ਕਿਸੇ ਦੀ ਮਦਦ ਕਰਨੀ ਆ ਕਿਸੇ ਨੂੰ ਲੋੜ ਹੈ ਤਾਂ ਮੈਨੂੰ ਪੁੱਛ ਕੇ ਦੇ ਮੈਂ ਵੀ ਤੈਨੂੰ ਹਰੇਕ ਗੱਲ ਪੁੱਛਦਾ ਹੀ ਹਾਂ ਜੇ ਤੂੰ ਵੀ ਮੇਰੇ ਤੋਂ ਨਾ ਪੁੱਛੇਗੀ ਮੈਂ ਵੀ ਤੈਨੂੰ ਨਾ ਪੁੱਛਿਆ ਤਾਂ ਫਿਰ ਆਪਣਾ ਘਰ ਦਾ ਸਰਕਲ ਕਿੱਦਾਂ ਚੱਲੂਗਾ ਪਤਾ ਮੈਨੂੰ ਲੋੜ ਹੁੰਦੀ ਰਿਸ਼ਤੇਦਾਰਾਂ ਨੂੰ ਪਰ ਤੂੰ ਮੈਨੂੰ ਪੁੱਛ ਕੇ ਤਾਂ ਦੇ ਚਲੋ ਠੀਕ ਆ ਮੈਂ ਨਹੀਂ ਅੱਗੇ ਤੋਂ ਇੱਦਾਂ ਕਰਦੀ ਮੈਂ ਪੁੱਛ ਕੇ ਦਊਂਗੀ ਇੱਦਾਂ ਚੰਗੇ ਲੱਗੇ ਤਾਂ ਨਾਲੇ ਕੱਲ੍ਹ ਨੂੰ ਮੈਨੂੰ ਤੇਰੇ 'ਤੇ ਕਿੰਨਾ ਕੁ ਯਕੀਨ ਰਹੂਗਾ ਹੁਣ ਤਾਂ ਮੈਨੂੰ ਇੰਨਾ ਯਕੀਨ ਨਹੀਂ ਤੇਰੇ ਤੈਨੂੰ ਮੈਂ ਪਰਸ ਸਿੱਧਾ ਫੜਾ ਦਿੰਦਾ ਸੀ ਨਾ ਕਦੀ ਪੈਸੇ ਗਿਣੇ ਮੈਂ ਹਾਂਜੀ ਗੱਲ ਹਰੇਕ ਚੀਜ਼ ਸਲਾਹ ਨਾਲ ਚੱਲੀ ਦੀ ਹੁੰਦੀ ਵੀ ਖੋਰੇ ਮੈਂ ਵਿੱਕੀ ਨੂੰ ਵੱਧ ਦੇ ਦਿੰਦਾ ਤੂੰ 3000 ਦਿੱਤਾ ਮੈਂ 10000 ਦੇ ਦਿੰਦਾ ਤੂੰ ਪੁੱਛਿਆ ਮੈਨੂੰ ਇੱਕ ਵਾਰ ਵੀ ਨਾਲ ਦੱਸਿਆ ਮੈਨੂੰ ਇੱਦਾਂ ਚੋਰੀਆਂ ਰੱਖੇਂਗੇ ਤਾਂ ਆਪਣਾ ਘਰ ਨਹੀਂ ਚੱਲਣਾ ਸਿੱਧੀ ਗੱਲ ਜਿਹੜੀ ਕੱਲ੍ਹ ਨੂੰ ਜੇ ਮੈਂ ਇੱਦਾਂ ਕਰਾਂ ਮੈਂ ਕਿਸੇ ਨੂੰ ਚੋਰੀ ਚੋਰੀ ਦੇ ਤੋਂ ਪੈਸੇ ਦੇਣਾ ਵਾਂ ਤੇਰੀ ਸਲਾਹ ਤੋਂ ਬਿਨਾਂ ਤੈਨੂੰ ਕਿੰਨਾ ਚੰਗਾ ਲੱਗੂਗਾ ਉਹ ਤਾਂ ਗੱਲ ਹੈਗੀ ਆ ਸਮਝ ਲੱਗੀ ਮੇਰੀ ਗੱਲ ਦੀ ਕਿ ਨਹੀਂ ਲੱਗ ਗਈ ਆ ਹੁਣ ਗਾਂ ਤੂੰ ਇਹ ਕੰਮ ਨਹੀਂ ਕਰਨਾ ਜਿੱਥੇ ਵੀ ਕੋਈ ਕੰਮ ਕਰਨਾ ਮੈਨੂੰ ਪੁੱਛਣਾ ਪਹਿਲਾਂ ਸਲਾਹ ਇੱਕ ਦੂਜੇ ਸਾਡੇ ਦੋਵਾਂ ਦੀ ਸਲਾਹ ਰਲੂਗੀ ਅਤੇ ਫੇਰ ਦੇਣਾ ਵਾ ਮੈਨੂੰ ਕੋਈ ਗੁੱਸਾ ਨਹੀਂ ਤੂੰ ਸੂਟ ਜਾਂ ਪੈਸੇ ਦਿੱਤੇ ਆ ਮੈਨੂੰ ਗੁੱਸਾ ਇਹ ਗੱਲ ਦਾ ਵੀ ਤੂੰ ਮੈਨੂੰ ਪੁੱਛਿਆ ਤੱਕ ਨਹੀਂ ਇੱਕ ਵਾਰੀ ਮੇਰੀ ਕੋਈ ਜਿੱਤੇ ਹੈ ਨਹੀਂ ਘਰ 'ਚ ਫਿਰ ਇਹਦਾ ਮਤਲਬ ਚਲੋ ਠੀਕ ਹੈ ਮੈਂ ਨਹੀਂ ਅੱਗੇ ਉੱਦਾਂ ਕਰਦੀ ਚਲੋ ਉਹ ਤਿਆਰ ਫਿਰ ਚੱਲੀਏ ਵਿਆਹ 'ਤੇ